ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਉਹੀ ਹੈ ਵੀਰੋ, ਜੋ ਭਖਦਾ ਮਾਮਲਾ ਹੈ, ਨਿਹੰਗ ਸਿੰਘਾਂ ਅਤੇ ਪੁਲਿਸ ਦੀ ਜਿਹੜੀ ਖੂਨੀ ਝੜੱਪ ਹੋਈ ਹੈ। ਪਹਿਲਾਂ ਤਾਂ ਆਪਾਂ ਉਸ ਵਿਸ਼ੇ 'ਤੇ ਗੱਲ ਕਰੀਏ ਵੀ ਸਾਰੀ ਦੁਨੀਆ ਜਿਹੜੀ ਹੈ ਲਗਭਗ 75% ਪੁਲਿਸ ਦਾ ਪੱਖ ਪੂਰੀ ਜਾਂਦੇ ਨੇ। ਜਦੋਂ ਮਨੁੱਖ ਦਾ ਮਨ ਗੁਲਾਮ ਮਾਨਸਿਕਤਾ ਦਾ ਹੋ ਜਾਂਦਾ ਨਾ, ਤਾਂ ਉਹ ਫਿਰ ਜਦੋਂ ਜੁੱਤੀਆਂ ਪੈਂਦੀਆਂ ਤਾਂ ਖੁਸ਼ ਹੁੰਦਾ। ਹੁਣ ਪਿੱਛੇ ਜੀ ਕਿੰਨੀ ਕੁ ਜੁੱਤੀ ਪਾਈ, ਬਜ਼ੁਰਗ ਬੰਦਿਆਂ ਤੋਂ ਨੱਕ ਨਾਲ ਲਕੀਰਾਂ ਕਢਾਈਆਂ, ਉਹਨਾਂ ਨੂੰ ਕੁੱਟਿਆ, ਬੈਠਕਾਂ ਮਰਾਈਆਂ। ਉਹਨਾਂ ਦੇ ਇੱਕ ਪਤੀ ਨੂੰ ਜਦੋਂ ਉਹਦੀ ਪਤਨੀ ਸਾਹਮਣੇ ਚਪੇੜਾਂ ਮਾਰੀ ਜਾਂਦੀਆਂ ਤਾਂ ਉਹਦੇ ਦਿਲ 'ਤੇ ਕੀ ਬੀਤਦੀ ਹੈ ਨਾ, ਇਹ ਉਹਨੂੰ ਹੀ ਪਤਾ ਹੁੰਦਾ। ਕਈ ਬੰਦੇ ਮਰਨ ਤੱਕ ਜਾਂਦੇ ਨੇ, ਮਰਨ ਬਰਾਨ ਤੱਕ। ਇੰਨਾ ਕੁਛ ਹੋਇਆ ਅਤੇ ਪੁਲਿਸ ਨੇ ਹੱਸ ਹੱਸ ਕੇ ਵੀਡੀਓ ਬਣਾ ਕੇ ਚਾੜੀਆਂ, ਅਤੇ ਲੋਕਾਂ ਦੀ ਮਾਨਸਿਕਤਾ ਇਹ ਵੀ ਉਹ ਵੀਡੀਓ ਵੇਖ ਕੇ ਖੁਸ਼ ਹੁੰਦੇ ਰਹੇ ਵੀ ਕਿਸੇ ਨੂੰ ਜੁੱਤੀਆਂ ਪੈਂਦੀਆਂ ਨਾ, ਆਪਾਂ ਨੂੰ ਕੀ ਹੈ। ਇਹ ਕਦੀ ਨਹੀਂ ਸੋਚਿਆ ਵੀ ਜੁੱਤੀ ਜਿਹੜੀ ਅੱਜ ਉਹਨੂੰ ਪੈਂਦੀ, ਕੱਲ੍ਹ ਨੂੰ ਸਾਨੂੰ ਵੀ ਪੈ ਸਕਦੀ ਹੈ। ਤਾਂ ਉਹ ਛਿੱਤਰ ਪੈਂਦੇ ਰਹੇ ਉਹਨਾਂ ਨੂੰ, ਅਤੇ ਆਪਾਂ ਤਮਾਸ਼ਾ ਵੇਖਦੇ ਰਹੇ। ਆਪਣੀ ਮਾਨਸਿਕਤਾ ਇਹ ਆ ਵੀ ਜੁੱਤੀਆਂ ਖਾਣ ਗਿੱਜ ਗਏ ਹਾਂ, ਅਤੇ ਜਦੋਂ ਕਿਸੇ ਨੇ ਪੁਲਿਸ 'ਤੇ ਵਾਰ ਕਰ ਦਿੱਤਾ ਹੈ ਤਾਂ ਹੁਣ ਆਪਾਂ ਕਹਿੰਦੇ ਹਾਏ ਹੋਏ ਆਹ ਕੀ ਕਰਤਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਇਹਨਾਂ ਚੀਜ਼ਾਂ ਦੀ ਵਿਰੋਧਤਾ ਕਰੇ ਅਤੇ ਸਾਨੂੰ ਗੋਲੀ ਵੱਜੇ ਅੱਗੋਂ, ਕਿਉਂਕਿ ਅਸੀਂ ਮਰਨਾ ਨਹੀਂ ਚਾਹੁੰਦੇ, ਅਸੀਂ ਛਿੱਤਰ ਖਾਣੇ ਚਾਹੁੰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਆ ਹੈ। ਦੂਜੀ ਗੱਲ ਇਹ ਆ, ਪੁਲਿਸ ਨੇ ਜਦੋਂ ਨਿਹੰਗ ਸਿੰਘ ਅੰਦਰ ਸਬਜ਼ੀ ਮੰਡੀ 'ਚ ਗਏ ਨੇ, ਸਭ ਤੋਂ ਪਹਿਲੀ ਗੱਲ ਇਹ ਵੇ ਵੀ ਉਹਨਾਂ ਨੂੰ ਉਦੋਂ ਕਿਉਂ ਨਹੀਂ ਰੋਕਿਆ। ਪਾਸ ਚੈੱਕ ਕਰਨਾ ਹੁੰਦਾ ਨਾ, ਜਦੋਂ ਪਾਸ ਚੈੱਕ ਕਰਨਾ ਹੁੰਦਾ, ਲਾਇਸੈਂਸ ਚੈੱਕ ਕਰਨਾ ਹੁੰਦਾ, ਜਾਂ ਟੋਲ ਟੈਕਸ ਚੈੱਕ ਕਰਨਾ ਹੁੰਦਾ, ਜਦੋਂ ਬੰਦਾ ਆਉਂਦਾ ਉਦੋਂ ਕਰੀਦਾ। ਇਹ ਨਹੀਂ ਹੁੰਦਾ ਵੀ ਤੂੰ ਘੁੰਮ ਘੰਮ ਕੇ ਆ ਜਾ, ਤੈਨੂੰ ਆਉਂਦੀ ਵਾਰੀ ਪੁੱਛਾਂਗੇ। ਇਹ ਤਾਂ ਸਿੱਧਾ ਫਿਰ ਉਹਨੂੰ ਫਸਾਉਣਾ ਹੋਇਆ, ਇਹ ਤਾਂ ਇੱਕ ਫਿਰ ਸਾਜਿਸ਼ ਹੋ ਗਈ ਨਾ। ਉਹ ਜਦੋਂ ਅੰਦਰ ਵੜ ਗਏ ਨੇ ਜਦੋਂ ਉਦੋਂ ਬਾਅਦ ਉਹਨਾਂ ਨਾਲ ਤੂਤੂ ਮੈਂ ਹੋਈ ਹੈ, ਫਿਰ ਭੱਜ ਕੇ ਬਾਹਰ ਨੂੰ ਆਏ ਨੇ, ਛੇਤੀ ਛੇਤੀ ਬੈਰੀਗੇਟ ਲਾਉਣ ਲੱਗੇ ਨੇ, ਉਹ ਵੀ ਤੇਜ਼ ਹੋ ਗਏ। ਉਹਨਾਂ ਨੇ ਗੱਡੀ ਭਜਾਈ ਅੰਦਰੋਂ, ਗੱਡੀ ਭਜਾ ਕੇ ਬੈਰੀਗੇਟਾਂ 'ਚ ਮਾਰੀਏ, ਅਤੇ ਉਹ ਭੱਜਣ ਦੀ ਕੋਸ਼ਿਸ਼ ਕਰਦੇ ਨੇ। ਬੈਰੀਗੇਟ ਅੱਗੇ ਅੜ ਗਿਆ, ਜੇ ਨਾ ਅੜਦਾ ਉਹਨਾਂ ਭੱਜ ਜਾਣਾ। ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੂਰੀ ਤਰ੍ਹਾਂ, ਇਹਨਾਂ ਡਾਂਗਾ ਮਾਰੀਆਂ, ਨਾਲੇ ਗਾਲਾਂ ਕੱਢੀਆਂ। ਆਖਰ ਨੂੰ ਵੀ ਸ਼ਸਤਰਧਾਰੀ ਨੇ, ਗੁਰੂ ਕੇ ਸਿੰਘ ਨੇ, ਚਾਹੇ ਨਕਲੀ ਨੇ ਚਾਹੇ ਅਸਲੀ ਨੇ, ਇਹ ਤਾਂ ਗੱਲ ਬਾਅਦ 'ਚ ਹੋਊਗੀ ਨਾ। ਪਰ ਉਹਨਾਂ ਨੇ ਤਾਂ ਬਾਣੀ ਦੀ ਲਾਜ ਰੱਖੀ ਨਾ, ਫਿਰ ਮੌਕੇ ਦੇ ਮੌਕੇ ਛਿੱਤਰ ਤਾਂ ਖਾਧੇ ਕੋਈ ਨਹੀਂ ਉਹਨਾਂ ਨੇ, ਫਿਰ ਆਪਣੇ ਸ਼੍ਰੀ ਸਾਹਿਬ ਕੱਢੇ, ਭਗਾਉਤੀ ਧਿਆਈ, ਅਤੇ ਜੋ ਹੋਇਆ ਉਹ ਬਰਸਾਤ ਤੁਹਾਡੇ ਸਾਹਮਣੇ ਹੀ ਹੈ। ਫਿਰ ਉੱਥੇ ਕੋਈ ਖਲੋਤਾ ਵੀ ਨਹੀਂ, ਤੁਸੀਂ 20-25 ਜਣੇ ਹੋ, ਜੱਫੇ ਮਾਰ ਲਵੋ। ਹੁਣ ਕਿੰਨੀ ਟ੍ਰੇਨਿੰਗ ਹੈ ਤੁਹਾਡੀ, ਕਿੰਨਾ ਖਰਚਾ ਤੁਹਾਡੇ 'ਤੇ ਸਰਕਾਰ ਕਰਦੀ ਹੈ, ਹੁਣ ਮਾਰੋ ਜੱਫੇ, ਹੁਣ ਵਿਖਾਓ ਦਲੇਰੀ। ਉਹ ਮਾਤੜਾ ਨਿਹੱਥਿਆਂ ਨੂੰ ਕੁੱਟਣ ਵਾਸਤੇ ਤਾਂ ਤੁਸੀਂ ਬੜੇ ਤਕੜੇ ਹੋ, ਤੁਸੀਂ ਬੈਠਕਾਂ ਮਰਾਉਂਦੇ ਹੋ, ਤੁਸੀਂ ਲਕੀਰਾਂ ਕਢਾਉਂਦੇ ਹੋ, ਤੁਸੀਂ ਮੁਰਗੇ ਬਣਾਉਂਦੇ ਹੋ ਵਿੱਚ ਬਾਜ਼ਾਰਾਂ ਦੇ, ਅਤੇ ਹੁਣ ਕੀ ਹੋਇਆ? ਗੱਲ ਤਾਂ ਆਹ ਸੀ ਨਾ, ਅਤੇ ਸਤਿਗੁਰੂ ਵੀ ਤਾਂ ਵੇਖਦਾ ਹੈ ਨਾ, ਫਿਰ ਜਿਹੜੇ ਹੱਥਾਂ ਨਾਲ ਤੁਸੀਂ ਵਾਰ ਕਰਦੇ ਹੋ ਉਹ ਹੱਥ ਠੀਕ ਹੈ, ਉਹਨੇ ਕਦੇ ਕਿਸੇ ਦਾ ਕੀਤਾ ਨਹੀਂ ਕੀਤਾ ਵਾਰ ਮੈਨੂੰ ਨਹੀਂ ਪਤਾ, ਪਰ ਹੱਥ ਵੱਢ ਕੇ ਇਹ ਦੱਸਿਆ ਵੀ ਇਹਨਾਂ ਹੱਥਾਂ ਨੂੰ ਕਾਬੂ 'ਚ ਰੱਖੋ, ਇਹ ਮਾਤੜਾਂ ਗਰੀਬਾਂ ਨੂੰ ਕੁੱਟਣ ਵਾਸਤੇ ਨਹੀਂ, ਇਹ ਲੋਕਾਂ ਦੀ ਸੁਰੱਖਿਆ ਕਰਨ ਵਾਸਤੇ ਹੱਥ ਨੇ। ਦੂਜੀ ਗੱਲ ਹੁਣ ਮੇਰੀ ਇਹ ਹੈ ਵੀ ਜਿਹੜਾ ਨਿਹੰਗ ਸਿੰਘ ਅਤੇ ਪੁਲਿਸਾਂ ਦਾ ਕਲੇਸ਼ ਹੋ ਗਿਆ, ਪਰ ਹਮੇਸ਼ਾ ਪੁਲਿਸ ਇਸ ਗੱਲ 'ਤੇ ਗੁੱਸਾ ਖਾਂਦੀ ਹੈ ਵੀ ਸਾਡੀ ਵਰਦੀ 'ਤੇ ਹੱਥ ਚੁੱਕਿਆ, ਵਰਦੀ ਦੀ ਇੱਜ਼ਤ ਨਹੀਂ ਕੀਤੀ, ਵਰਦੀ ਦੀ ਲਾਜ ਨਹੀਂ ਰੱਖੀ। ਪਰ ਕੀ ਅਸੀਂ ਬਾਣੇ ਦੀ ਲਾਜ ਰੱਖਦੇ ਹਾਂ? ਪਹਿਲੀ ਗੱਲ ਤਾਂ ਪੁਲਿਸ ਤੋਂ ਉੱਤੇ ਆ ਫੌਜ, ਫੌਜ ਦੀ ਵਰਦੀ ਦੀ ਲਾਜ ਰੱਖਣੀ ਪੈਂਦੀ ਹੈ ਨਾ, ਅਤੇ ਫੌਜ ਤੋਂ ਉੱਤੇ ਆ ਨਿਹੰਗ। ਅੱਜ ਜੇ ਸਾਨੂੰ ਵਰਦੀਆਂ ਮਿਲੀਆਂ ਨੇ, ਅੱਜ ਜੇ ਸਾਡੀ ਫੌਜ ਹੈ, ਅੱਜ ਜੇ ਸਾਨੂੰ ਸਟਾਰ ਮਿਲੇ ਨੇ, ਪੇਟੀਆਂ ਮਿਲੀਆਂ, ਤਾਂ ਨਿਹੰਗਾਂ ਕਰਕੇ ਮਿਲੀਆਂ ਨੇ। ਮੇਰੇ ਵੀਰੋ, 1000 ਸਦੀ ਤੱਕ ਧਾੜਵੀ ਸਾਨੂੰ ਲੁੱਟਦੇ ਰਹੇ, ਸਾਡੇ ਮੰਦਰ ਲੁੱਟੇ, ਸਾਡੀ ਇੱਜ਼ਤ ਲੁੱਟੀ, ਟਕੇ ਟਕੇ ਅਤੇ ਵਿਚਾਰਿਆਂ ਦੇ ਸਾਡੀਆਂ ਧੀਆਂ ਭੈਣਾਂ। ਮੈਂ ਇਹ ਨਹੀਂ ਕਹਿੰਦਾ ਹਿੰਦੂਆਂ ਦੀਆਂ ਧੀਆਂ ਭੈਣਾਂ ਸਾਡੀਆਂ, ਉਹਦੇ ਵਿੱਚ ਮੁਸਲਿਮ ਨੌਨ ਮੁਸਲਿਮ ਕੁਛ ਨਹੀਂ ਸਨ। ਵੇਖਦੇ ਹੋ, ਸੋਹਣੀ ਸੁਨੱਖੀ ਚੁੱਕਦੇ ਸਨ, ਉੱਥੇ ਜਾ ਕੇ ਟਕੇ ਟਕੇ 'ਤੇ ਵੇਚਦੇ ਸਨ, ਉਹਨਾਂ ਦਾ ਕੋਈ ਸੰਬੰਧ ਕਿਸੇ ਨਾਲ ਨਹੀਂ ਸੀ, ਉਹ ਲਟੇਰੇ ਅਤੇ ਧਾੜਵੀ ਸਨ, ਤਾਂ ਉਦੋਂ ਕੌਣ ਰੋਕਦੇ ਸਨ? 1000 ਸਦੀ ਤੱਕ ਕਿੱਧਰ ਗਏ ਸਨ ਸ਼ਰਮੇ ਅਤੇ ਵਰਮੇ? ਇਹਨਾਂ ਨੇ ਕਿਉਂ ਨਹੀਂ ਰੋਕਿਆ ਭਾਈ? ਅੱਜ ਤਾਂ ਕਮੈਂਟ ਕਰਦੇ ਨੇ ਗੋਲੀ ਮਾਰ ਦਿਓ, ਗੋਲੀ ਤਾਂ ਮਾਰ ਦਿਓ, ਕੋਈ ਗੱਲ ਨਹੀਂ, ਹੋਰ ਆ ਜਾਣਗੇ, ਉਹ ਕੁਛ ਖਾਲਸਾ ਮੁੱਕਣ ਲੱਗਾ ਕਿਤੇ। ਪਰ ਉਦੋਂ ਕਿੱਧਰ ਗਏ ਸੋ ਤੁਸੀਂ ਜਦੋਂ 1000 ਸਦੀ ਤੱਕ ਲੁੱਟਿਆ? ਖਾਲਸੇ ਨੇ 1 12 ਫੁੱਟ ਦਾ ਦਰਾ ਨਹੀਂ ਤੁਹਾਡੇ ਤੋਂ ਬੰਦ ਹੋਇਆ, 12 ਫੁੱਟ ਦੇ ਦਰੇ ਦੇ ਵਿੱਚੋਂ ਦੀ ਆ ਕੇ ਸਾਰੇ ਹਿੰਦੁਸਤਾਨ ਨੂੰ ਲੁੱਟਦੇ ਰਹੇ ਹੋ। ਖਾਲਸੇ ਨੇ ਉਹ ਦਰਾ ਬੰਦ ਕੀਤਾ, ਅਫਗਾਨਿਸਤਾਨ ਨੂੰ ਲੁੱਟਿਆ, ਸੋਮਨਾਥ ਮੰਦਰ ਦੇ ਦਰਵਾਜ਼ੇ ਲਿਆਂਦੇ, ਕੋਹੇ ਨੂਰ ਹੀਰਾ, ਦੁਨੀਆ ਦਾ ਸਭ ਤੋਂ ਮੰਨਿਆ ਹੀਰਾ ਲਿਆ ਕੇ ਆਪਣੇ ਡੌਲੇ 'ਤੇ ਮਹਾਰਾਜ ਰਣਜੀਤ ਸਿੰਘ ਨੇ ਬੰਨਿਆ। ਕਿਹਨਾਂ ਦੀ ਬਦੌਲਤ? ਨਿਹੰਗਾਂ ਸਿੰਘਾਂ ਦੀ ਬਦੌਲਤ। ਇਹ ਨਿਹੰਗ ਸਿੰਘ ਉਹ ਨੇ ਜਿਹੜੇ ਫੌਜ ਅਤੇ ਪੁਲਿਸ ਦੇ ਸੀਨੀਅਰ ਨੇ। ਤੁਸੀਂ ਉਹਨਾਂ ਦੇ ਬਾਣੀ ਦੀ ਲਾਜ ਰੱਖੋ, ਤੁਸੀਂ ਗੱਲਬਾਤ ਕਰਨ ਦਾ ਤਰੀਕਾ ਸਮਝੋ, ਤੁਸੀਂ ਹੱਥ ਜੋੜੋ, ਤੁਸੀਂ ਬੰਦਿਆਂ ਵਾਂਗੂ ਗੱਲ ਕਰੋ। ਗਾਲਾਂ ਕੱਢਣੀਆਂ, ਡਾਂਗਾਂ ਮਾਰਨੀਆਂ, ਤਾਂ ਫਿਰ ਜਦੋਂ ਅੱਗੋਂ ਉਹ ਕਰਦੇ ਨੇ, ਫਿਰ ਤੁਸੀਂ ਅੱਛਾ, ਪੁਲਿਸ ਨੇ ਬਹੁਤ ਵਧੀਆ ਤਰੀਕਾ ਅਪਣਾਇਆ ਵੀ ਆਪਣੇ ਅਨਸਰਾਂ ਦੇ ਰਾਹੀਂ ਛੇਤੀ ਛੇਤੀ ਵੀਡੀਓ 'ਚ ਪਵਾ ਕੇ ਰੌਲਾ ਰੱਪਾ ਪਵਾ ਕੇ ਉਹਨਾਂ ਨੂੰ ਬਦਨਾਮ ਕਰਤਾ।
ਉਹਨਾਂ ਦਾ ਤਾਂ ਪੱਖ ਹੀ ਨਹੀਂ ਪੇਸ਼ ਹੋਣ ਦਿੱਤਾ, ਨਾ ਹੀ ਉਹ ਇੰਨੇ ਪੜ੍ਹੇ ਲਿਖੇ ਅਤੇ ਸਿਆਣੇ ਸਨ ਵੀ ਆਪਣਾ ਪੱਖ ਪੇਸ਼ ਕਰ ਸਕਦੇ। ਉਹ ਸਿੱਧੇ ਸਾਧੇ ਜੱਟ ਰੰਗਰੇਟੇ ਸਿੰਘ ਸਨ ਅਸਲ 'ਚ ਤਾਂ, ਅਤੇ ਉਹਨਾਂ ਨੇ ਘੋੜੇ ਰੱਖੇ ਨੇ, ਉਹਨਾਂ ਘੋੜਿਆਂ ਦੀ ਸੇਵਾ ਉੱਥੇ ਕਰਦੇ ਨੇ, ਘੋੜਿਆਂ ਵਾਲੇ ਤਾਂ ਘੋੜਿਆਂ ਵਰਗੇ ਹੁੰਦੇ ਨੇ। ਅਤੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਵਾਂ, ਹੁਣ ਤੁਸੀਂ ਐਡਾ ਵੱਡਾ ਓਪਰੇਸ਼ਨ ਕੀਤਾ, ਉਦੋਂ ਬਾਅਦ 700-800 ਬੰਦਾ ਲੱਗਾ, ਕਮਾਂਡੋ ਫੋਰਸਾਂ ਇੰਝ ਗਈਆਂ ਜਿਵੇਂ ਅੰਦਰ ਬੜਾ ਤਕੜਾ ਵੀ ਰਾਕਟ ਲਾਂਚਰ ਲਈ ਬੈਠੇ ਨੇ, LMG GPM ਉਹਨਾਂ ਨੇ ਫਿੱਟ ਕੀਤੀਆਂ ਹੋਈਆਂ ਨੇ, ਅਤੇ ਤੁਸੀਂ ਐਡੀ ਵੱਡੀ ਕਾਰਵਾਈ ਕੀਤੀ। ਜੇ ਸਿਆਣੇ ਹੁੰਦੇ ਉਦੋਂ ਜਾਂਦੇ ਸਨ, ਜਾਣ ਦਿੰਦੇ ਪਿੱਛੋਂ ਜਾ ਕੇ ਕਾਰਵਾਈ ਕਰਦੇ, ਫੜਦੇ, ਜੋ ਮਰਜ਼ੀ ਕਰਦੇ, ਆ ਰੌਲਾ ਰੱਪਾ ਤਾਂ ਨਾ ਇੰਨਾ ਪੈਂਦਾ, ਆ ਜੱਬ ਤਾਂ ਨਾ ਇੰਨਾ ਖੜਾ ਹੁੰਦਾ ਤਕੜਾ। ਤੁਸੀਂ ਉਹਨਾਂ ਨੂੰ ਉੱਥੇ ਗੁਰਦੁਆਰੇ ਨੂੰ ਘੇਰ ਲੈਂਦੇ ਬਾਅਦ 'ਚ ਥੋੜ੍ਹੇ ਚਿਰ ਬਾਅਦ। ਇਹ ਮੈਂ ਪੁਲਿਸ ਨੂੰ ਮੁਖਾਤਬ ਹੋ ਕੇ ਗੱਲਾਂ ਕਰਦਾ ਪਿਆ ਵਾਂ, ਇਹ SSP ਸਾਹਿਬ ਨੂੰ ਉਹਨਾਂ ਨੂੰ ਪੁੱਛਣੀਆਂ ਚਾਹੀਦੀਆਂ ਨੇ ਵੀ ਪਹਿਲਾਂ ਵੜਨ ਕਾਹਤੋਂ ਦਿੱਤੇ ਪਾਸ ਤੋਂ ਬਗੈਰ, ਜੇ ਵੜੇ ਜੇ ਨਿਕਲਦੇ ਸਨ, ਅੱਛਾ ਜਾਂਦੇ ਘਰ ਨੂੰ ਸਨ, ਲੋਕਡਾਊਨ ਹੈ, ਘਰ ਹੀ ਜਾਣਾ ਸੀ ਉਹਨਾਂ ਨੇ, ਅਤੇ ਘਰ ਹੀ ਜਾਂਦੇ ਨੇ ਤਾਂ ਜਾਣ ਦਿਓ, ਜਾਣ ਨਹੀਂ ਦੇਣੇ, ਕਹਿੰਦਾ ਇੱਥੇ ਰੱਖਣੇ ਨੇ, ਇਹ ਕੋਈ ਤਰੀਕਾ ਥੋੜ੍ਹਾ ਹੁੰਦਾ। ਫਿਰ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਡਾਂਕਾਂ ਮਾਰੀਆਂ। ਅੱਛਾ ਬਰਾਮਦਗੀ ਹੁਣ ਸੁਣ ਲਓ, ਜਿਹੜੇ ਰਵਾਇਤੀ ਹਥਿਆਰ ਨੇ ਉਹ ਅੱਗੇ ਧਾਰ ਕੇ ਕਹਿੰਦੇ ਨੇ ਜ਼ਖੀਰਾ ਫੜਿਆ ਗਿਆ। ਇਹ ਜ਼ਖੀਰਾ ਤਾਂ ਮੇਰੇ ਕੋਲ ਵੀ ਪਿਆ, ਇੱਥੇ ਆ ਜਾਓ, ਆਹ ਮੇਰਾ ਮੀਰੀ ਪੀਰੀ ਅਖਾੜਾ ਹੈ, ਅਤੇ ਇੱਥੇ ਜੋਤ ਲੱਗਦੀ ਸ਼ਹੀਦਾਂ ਦੀ, ਅਤੇ ਕਿਰਪਾਨਾਂ ਹੀ ਕਿਰਪਾਨਾਂ ਇੱਥੇ ਪਈਆਂ ਨੇ, ਅਤੇ ਦੂਜਾ ਕਹਿੰਦੇ ਸੁੱਖਾ, ਸੁੱਖਾ ਤਾਂ ਸੜਕਾਂ 'ਤੇ ਬੜਾ, ਸੜਕਾਂ 'ਤੇ ਬੜਾ, ਉਹ ਹੱਥ ਮਾਰ ਮਾਰ ਕੇ ਅਮਲੀ ਸੂਟੇ ਵਿੱਚ ਭਰ ਭਰ ਕੇ ਪੀਂਦੇ ਨੇ, ਅਤੇ ਜੇ ਤੁਹਾਨੂੰ ਇੰਨਾ ਹੀ ਮਤਲਬ ਨਸ਼ੇ 'ਤੇ ਪਾਬੰਦੀ, ਪਹਿਲਾਂ ਸੜਕਾਂ ਤੋਂ ਵੱਢੋ ਹਾਂ ਆ ਕੇ, ਸੜਕਾਂ 'ਤੇ ਤਾਂ ਸ਼ਰੇਆਮ ਤੁਸੀਂ ਨਸ਼ਾ ਉੱਕਿਆ ਹੋਇਆ ਹੈ, ਅਤੇ ਜੇ ਕਿਸੇ ਦੇ ਕੋਲ ਪਿਆ ਉੱਥੇ ਬੋਰੀ 'ਚ ਪਿਆ, ਤਾਂ ਉਹਦੇ 'ਤੇ ਮੁਕੱਦਮਾ ਦਰਜ ਹੋ ਜਾਂਦਾ। ਨਿਹੰਗ ਸਿੰਘ ਜਦੋਂ ਭੰਗੀ ਮਿਸਲੇ ਸਾਡੀ ਇੱਕ ਬਿਲਕੁਲ ਬਕਾਇਦਾ, ਜਦੋਂ ਖਾਲਸੇ ਨੇ ਰਾਜ ਕੀਤਾ ਅਤੇ ਭੰਗੀ ਮਿਸਲ ਨੇ ਲਾਹੌਰ 'ਤੇ ਰਾਜ ਕੀਤਾ, ਦਿੱਲੀ 'ਤੇ ਰਾਜ ਕੀਤਾ, ਨਿਸ਼ਾਨ ਸਾਹਿਬ 'ਚ ਲਾਏ ਨੇ, ਮੁਲਤਾਨ ਨੂੰ ਜਿੱਤਿਆ, ਕਸੂਰ ਨੂੰ ਜਿੱਤਿਆ, ਯਾਰ ਤੁਸੀਂ ਆਪਣੀਆਂ ਥਿਊਰੀਆਂ ਕੱਢ ਲੈਂਦੇ ਹੋ, ਤੁਸੀਂ ਪਰਚੇ ਦੇਣ ਲੱਗ ਜਾਂਦੇ ਹੋ। ਆ ਪਹਿਲਾਂ ਭੰਗ ਜਿਹੜੀ ਸੜਕਾਂ 'ਤੇ ਉੱਗੀ, ਇਹ ਤਾਂ ਪਹਿਲਾਂ ਵੱਢ ਲਓ ਆ ਕੇ, ਪਹਿਲਾਂ ਵੱਢ ਕੇ ਇਹਨੂੰ ਖਤਮ ਕਰੋ, ਹਾਂ ਫਿਰ ਤੁਸੀਂ ਮੁਕੱਦਮਾ ਦੇਣ ਦੇ ਹੱਕਦਾਰ ਹੋ ਨਾ ਇਸ ਚੀਜ਼ 'ਤੇ। ਫਿਰ ਕਿਰਪਾਨਾਂ ਨੇ ਜਿਹੜੀਆਂ ਉਹ ਉਹਨਾਂ ਦੀਆਂ ਰਵਾਇਤੀ ਕਿਰਪਾਨਾਂ ਨੇ, ਉਹ ਆਪਣੇ ਗਾਤਰੇ ਰੱਖਦੇ ਨੇ, ਉਹ ਕਿਰਪਾਨਾਂ ਤੁਸੀਂ ਧਰ ਕੇ ਉਹਨਾਂ 'ਤੇ ਮੁਕੱਦਮਾ ਦੇ ਦਿੱਤਾ। ਹੁਣ ਆ ਗਈ ਨਕਲੀ ਅਤੇ ਅਸਲੀ ਨਿਹੰਗ ਵਾਲਾ ਮਸਲਾ। ਹੁਣ ਜਿਹੜੇ ਬੰਦਿਆਂ ਨੇ ਆਖਿਆ ਵੀ ਬਾਹਲੇ ਲੋਕ ਇਹ ਕਹਿੰਦੇ ਨੇ ਜਥੇਬੰਦੀਆਂ ਮੁੱਕਰ ਗਈਆਂ ਜੀ, ਇਹ ਸਾਡੇ ਨਿਹੰਗ ਨਹੀਂ ਹੈਗੇ, ਇਹ ਨਕਲੀ ਨਿਹੰਗ ਨੇ, ਇਹ ਨਕਲੀ ਨਿਹੰਗ ਨੇ। ਅੱਛਾ ਮੈਨੂੰ ਇਹ ਦੱਸੋ ਵੀ ਨਿਹੰਗ ਦਾ ਅਰਥ ਕੀ ਹੁੰਦਾ ਹੈ? ਨਿਹੰਗ ਦਾ ਅਰਥ ਭਾਈ ਕਾਨ ਸਿੰਘ ਨਾਭਾ ਦੇ ਨਾਭਾ ਵੱਲੋਂ ਨਿਹੰਗ ਦਾ ਅਰਥ ਕੀਤਾ ਗਿਆ ਮਗਰਮੱਛ, ਸ਼ੇਰ, ਬੱਬਰ ਸ਼ੇਰ, ਬੇਪਰਵਾਹ, ਦੋ ਤਲਵਾਰਾਂ ਦੇ ਟਕਰਾਣ ਨਾਲ ਜਿਹੜਾ ਚੰਗਿਆੜਾ ਪੈਦਾ ਹੋਵੇ ਉਹਨੂੰ ਨਿਹੰਗ ਕਹਿੰਦੇ ਨੇ। ਜਿਵੇਂ ਨਿਹੰਗ, ਜਿਵੇਂ ਮਗਰਮੱਛ ਪਾਣੀ ਦਾ ਰਾਜਾ ਹੈ, ਜਿਵੇਂ ਸ਼ੇਰ ਜੰਗਲ ਦਾ ਰਾਜਾ ਹੈ, ਅਤੇ ਨਿਹੰਗ ਦਾ ਅਰਥ ਇਹ ਵੀ ਹੈ ਜਿਹਨੂੰ ਹੰਕਾਰ ਨਾ ਹੋਵੇ, ਹੰਗਤਾ ਨਾ ਹੋਵੇ। ਹੁਣ ਮੈਨੂੰ ਇਹ ਦੱਸੋ, ਉਹ ਸ਼ੇਰ ਹੈ ਜਿਹੜਾ ਸਰਕਾਰ ਤੋਂ ਸਿਕਿਉਰਿਟੀ ਰਹਿੰਦਾ, ਨਿਹੰਗ ਤਾਂ ਫੌਜ ਹੈ, ਅਤੇ ਫੌਜ ਪੁਲਿਸ ਤੋਂ ਸਿਕਿਉਰਿਟੀ ਰਹੇਗੀ, ਫੌਜ ਤਾਂ ਫੌਜੀ ਰੱਖਣਗੇ, ਆਪਣੇ ਵਰਗੇ ਨਿਹੰਗ ਰੱਖਣਗੇ। ਜਿਹੜਾ ਢੱਡਰੀਆਂ ਵਾਲਾ ਇਹ ਸਿਕਿਉਰਿਟੀ ਲੈਂਦਾ, ਪੂਲੇ ਨਿਹੰਗ ਨੂੰ ਤੁਸੀਂ ਕਮਾਂਡੋ ਦਿੱਤੇ, ਬਲਬੀਰ ਸਿੰਘ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੈ, ਅਤੇ ਆਪਣਾ ਕੀ ਕਹਿੰਦੇ ਜੈੱਡ ਪਲਾ ਕੀ ਕਹਿੰਦੇ ਨੇ ਉਹਦੀਆਂ ਗੱਡੀਆਂ ਵੀ ਬੁਲਟ ਪਰੂਫ ਨੇ, ਉਹ ਯਾਰ ਉਹਦਾ ਸਰਕਾਰੀ ਬੰਦੇ ਨੇ, ਉਹ ਤਾਂ ਤੁਸੀਂ ਕਾਬਜ਼ ਕਰਾਏ ਹੋਏ ਨੇ, ਆਪਣਾ ਛਾਉਣਿਆਂ 'ਤੇ ਕਾਬਜ਼ ਕਰਾਏ ਹੋਏ ਨੇ। ਜਿਹੜਾ ਅਸਲ ਖਾਲਸਾ ਉਹ ਤਾਂ ਅੱਜ ਵੀ ਉਵੇਂ ਘੋੜਿਆਂ ਦੀਆਂ ਕਾਠੀਆਂ 'ਤੇ ਤੁਰਿਆ ਫਿਰਦਾ, ਕੋਈ ਉਹਨਾਂ ਦੇ ਛਾਉਣੇ ਨਹੀਂ, ਸਿੱਧੇ ਸਾਧੇ ਬੰਦੇ ਨੇ ਅੱਜ ਇੱਥੇ ਕੱਲ੍ਹ ਉੱਥੇ, ਨੀਲੇ ਅਸਮਾਨ ਥੱਲੇ ਨਿਤ ਨਵੀਂ ਚੁੱਲ੍ਹ ਪੁੱਟ ਕੇ ਅੱਜ ਵੀ ਰਹਿੰਦੇ ਨੇ ਭਾਈ, ਉਹ ਤਾਂ ਉਵੇਂ ਰਹਿੰਦੇ ਪੈਣੇ, ਉਹ ਤਾਂ ਅੱਜ ਵੀ ਉਸੇ ਤਰ੍ਹਾਂ ਨਗਾਰਾ ਵੱਜਦਾ, 12 ਵਜੇ ਉੱਠਦੇ ਨੇ, ਅੱਜ ਤਾਂ ਉਹ ਉਵੇਂ ਨੇ। ਇਹ ਐਸ਼ਪ੍ਰਸਤ ਲੋਕ ਨਾਲ ਇਹਨਾਂ ਦੇ ਪੁਲਿਸ ਦੇ ਬੋਝਾਂ 'ਚ ਤੰਬਾਕੂ ਅਤੇ ਗੁਰਦੁਆਰਿਆਂ 'ਚ ਤੁਰੇ ਫਿਰਦੇ ਨੇ, ਇਹ ਅਸਲੀ ਨਿਹੰਗ ਨੇ। ਅਤੇ ਜਿਹੜੇ ਸੰਘਰਸ਼ ਕਰ ਰਹੇ ਨੇ, ਜਿਹੜੇ ਤੁਰੇ ਫਿਰਦੇ ਨੇ, ਜਿਹੜੇ ਅੱਜ ਵੀ ਨਾਨਕ ਨਾਮ ਲੇਵਾ ਨੇ, ਜਿਹੜੇ ਲੰਗਰ ਲਾਉਂਦੇ ਫਿਰਦੇ ਨੇ ਥਾਂ ਥਾਂ 'ਤੇ, ਅਤੇ ਜਿਹੜੇ ਘੋੜੇ ਭਜਾ ਕੇ ਲੋਕਾਂ ਨੂੰ ਫਿਰ ਦੁਬਾਰਾ ਉਸ ਆਪਣੇ ਵਿਰਸੇ ਨੂੰ ਯਾਦ ਕਰਾਉਂਦੇ ਨੇ, ਅਤੇ ਉਹ ਨਕਲੀ ਨਿਹੰਗ ਨੇ। ਮੈਂ ਇਸ ਖਿਚੜੀ ਵਾਲੇ ਬਾਬੇ ਦੀ ਗੱਲ ਨਹੀਂ ਕਰਦਾ, ਮੈਂ ਉਹਨਾਂ ਬੰਦਿਆਂ ਦੀ ਗੱਲ ਕਰਦਾ ਜਿਨ੍ਹਾਂ ਨੇ ਆਖਿਆ ਵੀ ਉਹ ਕੌਣ ਹੁੰਦੇ ਨੇ ਯਾਰ ਕਿਸੇ ਨੂੰ ਸਰਟੀਫਿਕੇਟ ਦੇਣ ਵਾਲੇ ਨਕਲੀ ਅਤੇ ਅਸਲੀ ਨਿਹੰਗ ਦਾ, ਉਹ ਕੌਣ ਹੁੰਦੇ ਨੇ? ਮੈਂ ਬਸ ਇਹ ਗੱਲ ਪੁੱਛਣਾ ਚਾਹੁੰਦਾ ਵਾਂ, ਤੁਸੀਂ ਸਿਕਿਉਰਿਟੀਆਂ ਲੈਂਦੇ ਹੋ ਸਰਕਾਰਾਂ ਤੋਂ, ਤੁਸੀਂ ਨਿਹੰਗ ਹੋ, ਤੁਸੀਂ ਨਿਹੰਗ ਦੇ ਨਾਂ 'ਤੇ ਕਲੰਕ ਹੋ। ਨਿਹੰਗ ਹੋਵੇ ਤਾਂ ਸਿਕਿਉਰਿਟੀ ਲਵੇ, ਉਹ ਨਿਹੰਗ ਤਾਂ ਖੁਦ ਸਿਕਿਉਰਿਟੀ ਹੈ ਲੋਕਾਂ ਵਾਸਤੇ, ਦੁਨੀਆਂ ਵਾਸਤੇ, ਨਿਹੰਗ ਤਾਂ ਖੁਦ ਸਿਕਿਉਰਿਟੀ ਹੁੰਦੀ, ਨਿਹੰਗ ਦਾ ਤਾਂ ਅਰਥ ਹੀ ਬੇਪਰਵਾਹ ਅਤੇ ਸ਼ੇਰ ਹੁੰਦਾ। ਅਤੇ ਹੁਣ ਮੈਂ ਹੋਰ ਜਿਹੜੀ ਗੱਲ ਕਰਨੀ ਹੈ, ਸੰਤਾ ਸਿੰਘ ਨੂੰ ਵੀ ਸਿਕਿਉਰਿਟੀ ਦਿੱਤੀ, ਪੂਲੇ ਨੂੰ ਵੀ ਸਿਕਿਉਰਿਟੀ ਦਿੱਤੀ, ਹੁਣ ਸੰਤਾ ਸਿੰਘ ਨੇ ਮਾਫ਼ੀ ਮੰਗ ਲਈ ਸੀ ਅਕਾਲ ਤਖ਼ਤ ਸਾਹਿਬ 'ਤੇ, ਪੇਸ਼ ਹੋ ਗਿਆ ਸੀ, ਭਾਵੇਂ ਮੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਖਾਲਸੇ ਨੇ ਉਹਨੂੰ ਬਖਸ਼ ਦਿੱਤਾ ਅਤੇ ਮੈਂ ਇਸ ਵਿਸ਼ੇ 'ਤੇ ਬੋਲਣ ਵਾਲਾ ਨਹੀਂ, ਪਰ ਸਿਕਿਉਰਿਟੀਆਂ ਇਹਨਾਂ ਨੇ ਦਿੱਤੀਆਂ ਆਪਣੇ ਕੰਮ ਲੈਣ ਲਈ, ਬਲਬੀਰ ਸਿੰਘ ਨੂੰ ਵੀ ਦਿੱਤੀ, ਸੰਤਾ ਸਿੰਘ ਨੂੰ ਵੀ ਦਿੱਤੀ, ਅਤੇ ਪੂਲੇ ਨੂੰ ਵੀ ਦਿੱਤੀ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਬਣੇ ਲਾਇਸੈਂਸ ਕੈਂਸਲ ਕੀਤੇ, ਕਿਉਂ ਕੀਤੇ ਭਾਈ? ਉਹਨੂੰ ਕਿਉਂ ਨਹੀਂ ਦਿੱਤੀਆਂ ਤੁਸੀਂ? ਉਹਨੂੰ ਤੁਸੀਂ ਮਾਰਨ ਵਾਸਤੇ ਅਟੈਕ ਕੀਤੇ ਨੇ, ਅਤੇ ਉਹ ਹੁਣ ਤੁਸੀਂ ਹਿਸਾਬ ਲਾ ਲਓ ਅਸਲੀ ਕੌਣ ਅਤੇ ਨਕਲੀ ਕੌਣ ਹੈ। ਉਹ ਆਉਂਦੇ ਨੇ ਵੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਗੁਰਬਾਣੀ ਵਿੱਚ ਲਿਖਿਆ ਜੇ ਤਕੜਾ ਤਕੜੇ ਨੂੰ ਮਾਰਦਾ ਨਾ ਫਿਰ ਮਨ 'ਚ ਗੁੱਸਾ ਨਹੀਂ ਤਾਂ, ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ ਹੈ। ਹੁਣ ਡਾਢੇ ਨੇ ਡਾਢੇ ਨੂੰ ਮਾਰਿਆ,
ਤੇ ਜਦੋਂ ਡਾਢਾ ਮਾੜੇ ਨੂੰ ਮਾਰਦਾ ਸੀ, ਆਹ ਸਾਡੀ ਮਾਨਸਿਕਤਾ ਐਵੇਂ ਦੀ ਹੈ, ਜੋ ਡਾਢਾ ਮਾੜੇ ਨੂੰ ਨਿਹੱਥੇ ਨੂੰ ਗਰੀਬ ਨੂੰ ਮਾਰਨ ਡਿਆ ਸੀ ਪੁਲਿਸ ਕੁੱਟਣ ਦੇ, ਜਦੋਂ ਅਸੀਂ ਹੱਸਣ ਡਏ ਹਾਂ, ਮਜ਼ਾਕ ਬਣ ਡਿਆ ਸੀ, ਉਹ ਮੁੰਡਿਆਂ ਦਾ ਮਜ਼ਾਕ ਬਣਾਈ ਜਾਂਦੇ ਸੀ, ਉਹ ਵੀਰ ਮੇਰਿਆ, ਉਹ ਯਾਰਾ ਮੇਰਿਆ ਮੁੰਡਿਆ, ਉਹ ਗਿੰਦਿਆ ਹੁੰਦਿਆ, ਪਤਾ ਨਹੀਂ ਕੀ ਨਾਂ ਸਨ, ਇਹੋ ਜਿਹੀ ਮੂਰਖਤਾਪੂਰਨ ਸਾਡੀ ਸੋਚ ਹੈ। ਅਤੇ ਜੇ ਹੁਣ ਮਾੜੀ ਜਿਹੀ ਘਟਨਾ ਹੋ ਗਈ, ਹੁਣ ਤਾਂ ਸਾਰਾ ਇੱਕ ਪਾਸੇ ਹੋ ਗਿਆ ਤੁਸੀਂ ਸਾਰੇ। ਹੁਣ ਕਈ ਬੰਦੇ ਆਉਂਦੇ ਨੇ ਜੀ, ਉਹਨਾਂ ਦੀ ਸ਼ਹੀਦੀ ਕਿਉਂ ਨਹੀਂ ਹੋਈ, ਉਹ ਲੜ ਕੇ ਸ਼ਹੀਦ ਕਿਉਂ ਨਹੀਂ, ਆਪ ਤਾਂ ਚੀਚੀ ਤਾਂ ਕਦੀ ਬਲੇਡ ਨਹੀਂ ਖਾਧਾ, ਇੱਕ ਦਿੱਲੀ ਦਾ ਮੇਰਾ ਭਰਾ ਹੀ ਹੈ, ਉਹ ਆਉਂਦਾ ਜੀ ਇਹਨਾਂ ਨੂੰ ਹੁਣ ਸ਼ਹੀਦ ਹੋ ਜਾਣਾ ਚਾਹੀਦਾ ਸੀ, ਸ਼ਹੀਦ ਕਾਹਦੇ ਨਾਲ, ਹੁਣ ਸ਼ਸਤਰ ਤਾਂ ਉਹਨਾਂ ਕੋਲ ਰਵਾਇਤੀ ਨੇ, ਅਤੇ ਉਹ ਦੂਜੇ ਪਾਸੇ ਤਾਂ ਆਟੋਮੈਟਿਕ ਗੰਨਾਂ ਨੇ, ਉਹਨਾਂ ਨੇ ਨੇੜੇ ਆ ਕੇ ਉਹਨਾਂ ਨੂੰ ਕਾਬੂ ਕਰ ਲਿਆ, ਸ਼ਹੀਦ ਕਾਹਦੇ ਨਾਲ, ਹੁਣ ਕਾਹਦੇ ਨਾਲ ਲੜਨ, ਉਹਨਾਂ ਕੋਲ ਕੀ ਸੀ, ਉਹ ਤਿਆਰੀ ਕਰਕੇ ਗਏ ਸਨ, ਇਹ ਤਾਂ ਇੱਕ ਐਕਸੀਡੈਂਟ ਸੀ, ਇਹ ਤਾਂ ਇੱਕ ਉਹਨਾਂ ਨੇ ਜਦੋਂ, ਇਹ ਤਾਂ ਨਾ ਤਾਂ ਪੁਲਿਸ ਨੂੰ ਪਤਾ ਸੀ, ਨਾ ਨਿਹੰਗਾਂ ਨੂੰ ਪਤਾ ਸੀ ਵੀ ਅੱਜ ਆਹ ਹੋਣਾ, ਉਹ ਤਾਂ ਕੁਦਰਤੀ ਹੋ ਗਿਆ ਨਾ। ਹੁਣ ਉਹਨਾਂ ਨੂੰ ਫੜ ਕੇ ਲੈ ਗਏ ਨੇ, 20-35 ਲੱਖ ਰੁਪਈਆ ਉਹਨਾਂ ਦਾ ਕਿਵੇਂ ਪਿਆ, ਕੀ ਤਾਂ ਕਿਵੇਂ ਸ਼ੋਅ ਕਰਨਾ, ਹੁਣ ਕਿੱਥੋਂ ਆਇਆ। ਹੁਣ ਉਹ ਜਿਹੜੀ ਉੱਥੇ ਸੁੱਖਾ ਸੀ, ਸੁੱਖਾ ਤਾਂ ਆਮ ਹੀ ਨਿਹੰਗਾਂ ਦੇ ਡੇਰ 'ਤੇ, ਕਿਹੜੇ ਨਿਹੰਗ ਸਿੰਘ ਦੇ ਡੇਰ 'ਤੇ ਸੁੱਖਾ ਨਹੀਂ ਹੈਗਾ। ਆਹ ਮੇਰੇ 'ਤੇ ਵੀ ਬੂਟੇ ਇੱਥੇ ਉੱਗੇ ਨੇ, ਅਤੇ ਮੈਂ ਆਪ ਦੱਸਣਾ ਪਿਆ, ਇੱਥੇ ਕਿਰਪਾਨਾਂ ਵੀ ਪਈਆਂ ਨੇ, ਆ ਕੇ ਫੜ ਲਓ ਮੈਨੂੰ ਵੀ। ਇਹ ਤਾਂ ਕੋਈ ਗੱਲ ਨਾ ਬਣੀ ਜਿਹੜੀ ਤੁਸੀਂ ਸ਼ੋਅ ਕਰਨ ਡਾਇਓ। ਆਖਿਰ ਸਿਲੰਡਰ ਪਿਆ ਸੀ, ਸਿਲੰਡਰ ਪਾ, ਸਿਲੰਡਰ ਹੁਣ ਸਿਲੰਡਰ ਮੇਰੇ ਕੋਲ ਵੀ ਪਿਆ, ਹੁਣ ਇਹਦਾ ਵੀ ਬਣਾ ਦਿਓ, ਬੰਬ ਇਹਦੇ ਕੋਲ, ਇਹ ਕੋਈ ਗੱਲਾਂ ਨਹੀਂ ਨਾ, ਕੋਈ ਗੱਲ, ਕੋਈ ਸੋਲਿਡ ਗੱਲ ਕਰੋ, ਜਿਹੜੀ ਕੋਈ ਬਣਦੀ ਹੈ ਗੱਲ, ਆ ਉਹ ਗੱਲ ਕਰੋ। SSP ਸਾਹਿਬ ਤੁਹਾਨੂੰ ਸਾਰਾ ਪਤਾ ਵੀ ਪੁਲਿਸ ਨੇ ਗਲਤ ਕੀਤਾ, ਪੰਗਾ ਲਿਆ ਪਹਿਲਾਂ, ਪਹਿਲ ਪੁਲਿਸ ਨੇ ਕੀਤੀ ਹੈ, ਅੰਦਰ ਕੀਤੀ ਸਬਜ਼ੀ ਮੰਡੀ 'ਚ, ਉਹਦੀ ਵੀਡੀਓ ਨਹੀਂ ਬਣੀ, ਜਦੋਂ ਬਾਹਰ ਨਿਕਲ ਲੱਗੇ ਨੇ ਇਹ ਭੱਜ ਕੇ ਬੈਰੀਕੇਡ ਲਾਉਣ ਲੱਗੇ ਨੇ, ਉਹ ਅੰਦਰ ਗਏ ਕਿਵੇਂ, ਸਵਾਲ ਤਾਂ ਇਹ ਹੈ ਨਾ, ਜੇ ਪਾਸ ਨਹੀਂ ਸੀ ਅੰਦਰ ਵੜਨ ਕਿਵੇਂ ਦਿੱਤੇ ਤੁਸੀਂ, ਅੰਦਰ ਵੜਨ ਤੋਂ ਬਾਅਦ ਜਦੋਂ ਬਾਹਰ ਆਉਣ ਲੱਗੇ ਨੇ ਤੁਸੀਂ ਪਾਸ ਮੰਗਣ ਲੱਗ ਗਏ ਉਹਨਾਂ ਤੋਂ। ਅਤੇ ਹੁਣ ਅਸਲ 'ਚ ਗੱਲ ਇਹ ਹੈ ਵੀ ਸਾਨੂੰ ਇੱਜ਼ਤ ਨਾਲ ਗੱਲ ਕਰਨੀ ਚਾਹੀਦੀ ਹੈ, ਇਹ ਉਹ ਨੇ ਜਿਨ੍ਹਾਂ ਨੇ ਸਾਨੂੰ ਸਟਾਰ ਦਿੱਤੇ ਨੇ, ਅੱਜ ਸਾਡੇ ਮੋਢਿਆਂ 'ਤੇ ਲੱਗੇ ਨਾ, ਇਹ ਨਿਹੰਗ ਸਿੰਘਾਂ ਕਰਕੇ ਨੇ, ਅੱਜ ਸਾਡਾ ਦੇਸ਼ ਆਜ਼ਾਦ ਹੈ ਨਾ, ਇਹ ਨਿਹੰਗ ਸਿੰਘਾਂ ਕਰਕੇ। ਅੱਜ ਤੁਸੀਂ ਉਹ ਗੱਲ ਕਰਦੇ ਹੋ ਵੀ ਇਹਨਾਂ ਨੂੰ ਗੋਲੀ ਮਾਰ ਦਿਓ, ਝੱਟ ਗੋਲੀ ਮਾਰ ਦਿਓ, ਪਤਾ ਨਹੀਂ ਤੁਹਾਨੂੰ ਡਰ ਕਾਹਤੋਂ ਲੱਗਦਾ ਮੈਨੂੰ ਯਾਰ, ਤੁਹਾਡੀ ਸਮਝ ਨਹੀਂ ਆਉਂਦੀ, ਏਡੀ ਛੇਤੀ ਪੱਦ ਕਾਹਤੋਂ ਵਗ ਜਾਂਦੇ ਨੇ ਤੁਹਾਡੇ, ਗੋਲੀ ਮਾਰ ਦਿਓ ਕਿ ਮੁੱਕ ਜਾਣਗੇ, ਇਹ ਤਾਂ ਨਾਦੀ ਹੈ, ਇਹ ਬਿੰਦੀ ਨਹੀਂ ਹੈਗਾ, ਇਹ ਵੀਰਜ ਤੋਂ ਪੈਦਾ ਨਹੀਂ ਹੋਇਆ, ਇਹ ਸ਼ਬਦ ਤੋਂ ਪੈਦਾ ਹੋਇਆ ਖਾਲਸਾ, ਇਹ ਤਾਂ ਚੱਲਦਾ ਰਹਿਣਾ, ਇਹ ਤੁਹਾਡੇ ਗੋਲੀਆਂ ਮਾਰਿਆ, ਅੰਗਰੇਜ਼ਾਂ ਟਿੱਲ ਲਾ ਲਿਆ, ਮੁਗਲਾਂ ਟਿੱਲ ਲਾ ਲਿਆ, ਹਿੰਦੂਆਂ ਜ਼ੋਰ ਲਾ ਲਿਆ, ਆਹ ਤੁਰਿਆ ਫਿਰਦਾ ਅਤੇ ਚੱਲਦਾ ਰਹੇਗਾ ਹਮੇਸ਼ਾ ਹੀ, ਜਦੋਂ ਤੱਕ ਸ੍ਰਿਸ਼ਟੀ ਰਹੇਗੀ ਖਾਲਸਾ ਰਹੇਗਾ, ਕੋਈ ਖਤਮ ਨਹੀਂ ਕਰ ਸਕਦਾ। ਜੇ ਕਿਸੇ 'ਚ ਦਮ ਹੈ ਨਾ, ਤੂੰ ਆਪਣਾ ਜ਼ੋਰ ਲਾ ਲਵੇ, ਜਿੰਨਾ ਵੀ ਹੈਗਾ ਸਾਰਿਆਂ, ਸਾਰੇ ਦੇਸ਼ ਰਲ ਜਾਓ, ਅਮਰੀਕਾ, ਕਨੇਡਾ, ਚੀਨ, ਸਾਰੇ ਰਲ ਜਾਓ, ਖਾਲਸੇ ਨੂੰ ਖਤਮ ਕਰ ਦਿਉ, ਕਰਕੇ ਵਿਖਾ ਦਿਓ, ਕਰ ਨਹੀਂ ਸਕਦੇ ਤੁਸੀਂ, ਜਿਹੜੀ ਗੱਲ ਬਣਦੀ ਨਾ ਉਹ ਕਰਿਆ ਕਰੋ। ਅਤੇ ਐਵੇਂ ਉਹ ਆਉਂਦੇ ਹੁੰਦੇ ਨੇ ਵੀ ਬਾਲੀਆਂ ਫੜਾਂ ਨਹੀਂ ਮਾਰੀ ਦਿੰਦੇ, ਜਿੰਨੀ ਕੁ ਚਕਾਤ ਹੋਵੇ ਨਾ, ਵਰਮੇ ਸ਼ਰਮੇ ਜਾਂ ਕਮੈਂਟ ਕਰਦੇ ਨੇ ਐਵੇਂ ਬਹੁਤ, ਇਹਨਾਂ ਨੂੰ ਬੜੇ ਤੱਤੇ ਹੁੰਦੇ ਨੇ ਬੜੇ ਛੇਤੀ ਇਹਨਾਂ ਕੰਮਾਂ 'ਤੇ। ਹੁਣ ਜਾਂਦੇ ਜਾਂਦੇ ਗੱਲ ਇੱਕ ਕਰਨੀ ਹੈ, ਮੈਂ ਉਹ ਪੁਲਿਸ ਵਾਲੇ ਦੀ ਜ਼ਰੂਰ ਇੱਜ਼ਤ ਕਰਨਾ ਵਾਂ ਜਿਹਨੇ ਆਪਣਾ ਹੱਥ ਚੁੱਕਿਆ, ਉਹਨੇ ਆਖਿਆ ਵੀ ਉਹ ਮੇਰਾ ਪੀਸ ਚੁੱਕ ਕੇ ਲਿਆ, ਉਹਨਾਂ ਨੂੰ ਤਾਂ ਵੀ ਨਹੀਂ ਸੀ ਪਤਾ ਵੀ ਉਹਦਾ ਹੱਥ ਉੱਥੇ ਡਿੱਗਾ ਪਿਆ, ਉਹ ਪਰਨਾ ਵੀ ਕਿਸੇ ਸਿੰਘ ਦਾ ਹੀ ਉਹਨੇ ਬੰਨਿਆ ਹੋਇਆ ਸੀ ਆਪਣੇ ਹੱਥ ਦੇ ਉੱਤੇ, ਅਤੇ ਉਹ ਹੱਥ ਚੁੱਕ ਕੇ ਆਪ ਬਹਿ ਕੇ ਪਿੱਛੇ ਗਿਆ। ਠੀਕ ਹੈ ਬਈ, ਯੁੱਧ ਹੋਇਆ, ਲੜਾਈ ਹੋਈ ਹੈ, ਜਿਵੇਂ ਵੀ ਹੋਈ ਹੈ, ਹੱਥ ਵੱਢਿਆ ਗਿਆ, ਉਹ ਵੀ ਮੁੰਡਾ ਸੂਰਮਾ ਸੀ ਬਈ, ਜੇ ਉਹ ਦਲੇਰ ਨਾ ਹੁੰਦਾ ਤਾਂ ਹੌਕੇ ਨਾਲ ਮਰ ਜਾਂਦਾ, ਮੈਂ ਹੌਕੇ ਨਾਲ ਮਰਦੇ ਬੰਦੇ ਵੇਖੇ ਨੇ, ਛੁਰੀ ਵੱਜਦੀ ਪੱਟ 'ਚ ਥੋੜ੍ਹੀ ਜਿਹੀ ਬਲੀਡਿੰਗ ਹੋ ਜਾਂਦੀ ਹੈ ਅਤੇ ਦਿਲ 'ਚ ਘਬਰਾਹਟ ਹੋ ਜਾਂਦੀ, ਬੰਦੇ ਮਰ ਜਾਂਦੇ ਨੇ। ਉਹ ਬੰਦਾ ਦਲੇਰ ਸੀ, ਟਾਈਮ ਕੱਢ ਗਿਆ, ਉਹਦਾ ਹੱਥ ਜੁੜ ਗਿਆ, ਵਾਹਿਗੁਰੂ ਕਰੇ ਉਹਦਾ ਹੱਥ ਚਲਾਵੇ। ਅਤੇ ਮੈਂ ਇਹ ਵੀ ਕਹਿੰਦਾ ਵਾਂ ਵੀ ਜਿਹੜੇ ਸਿੰਘ ਫੜੇ ਗਏ ਨੇ ਸਤਿਗੁਰੂ, ਉਹਨਾਂ ਨੂੰ ਵੀ ਸਮੱਤ ਬਖਸ਼ੇ, ਇੰਨੀ ਤੈਸ਼ 'ਚ ਨਹੀਂ ਆਉਣਾ ਚਾਹੀਦਾ, ਜਦੋਂ SSP ਸਾਹਿਬ ਗੱਲ ਕਰਨ ਡਾਇਆ ਸਨ ਤਾਂ ਬੰਦਿਆਂ ਵਾਂਗੂ ਗੱਲ ਕਰਨੀ ਚਾਹੀਦੀ ਸੀ, ਉਹਨਾਂ ਦੇ ਗੱਲ ਕਰਨ ਦਾ ਤਰੀਕਾ ਗਲਤ ਸੀ, ਉਹਨਾਂ ਨੂੰ ਅੱਗੋਂ ਐਵੇਂ ਨਹੀਂ ਸੀ ਬੋਲਣਾ ਚਾਹੀਦਾ।
ਉਹ ਤਾਂ ਪੁਲਿਸ ਦੀਆਂ ਗੱਲਾਂ 'ਚ ਆ ਗਏ ਸਗੋਂ ਉਹਨਾਂ ਦਾ ਪੁਲਿਸ ਪੁਲਿਸ ਨੇ ਉਹਨਾਂ ਨੂੰ ਭੜਕਾ ਕੇ ਅਤੇ ਆਪ ਪੁਲਿਸ ਸੱਚੀ ਹੋ ਗਈ ਅਤੇ ਉਹ ਝੂਠੇ ਹੋ ਗਏ ਉਹ ਵੀ ਉਹ ਸਿੱਧੇ ਸਾਧੇ ਭੋਲੇ ਭਾਲੇ ਬਸ ਉਹੀ ਗੱਲਾਂ ਵੈਸੇ ਇਹ ਖਿਚੜੀ ਵਾਲਾ ਬਾਬਾ ਹੈ ਜਿਹੜਾ ਇਹਦਾ ਵੀ ਜੋ ਮੈਂ ਸੁਣਿਆ ਹੁਣ ਤੱਕ ਵੀ ਬਦਮਾਸ਼ਾਂ ਵਾਲਾ ਸਿਸਟਮ ਖੜਕੂਆਂ ਵਾਲਾ ਵੀ ਹਰੇਕ ਨਾਲ ਧੱਕੇਸ਼ਾਹੀ ਬੋਲਬਾਣੀ ਚੰਗਾ ਨਹੀਂ ਸੀ ਇਸੇ ਕਰਕੇ ਉਹਦੀ ਸਪੋਰਟ ਨਹੀਂ ਹੋਈ ਇਸੇ ਕਰਕੇ ਹੀ ਲੋਕਾਂ ਨੇ ਥੋੜ੍ਹਾ ਜਿਹਾ ਪਿੱਛੇ ਹਟਣਾ ਉਸ ਇਲਾਕੇ ਦੇ ਲੋਕ ਜੇ ਇਲਾਕਾ ਨਾਲ ਹੁੰਦਾ ਨਾ ਕਿਤੇ ਇਹ ਮੈਂ ਸਿੰਘਾਂ ਨੂੰ ਬੇਨਤੀ ਕਰਨਾ ਨਿਹੰਗਾਂ ਸਿੰਘਾਂ ਨੂੰ ਭਾਈ ਨਿਮਰਤਾ ਰੱਖਿਆ ਕਰੋ ਅਤੇ ਖਾਲਸੇ ਦਾ ਗਹਿਣਾ ਜਿਹੜਾ ਨਿਹੰਗਤਾ ਹੈ ਨਿਹੰਗ ਦਾ ਅਰਥ ਹੀ ਨਿਹੰਗਤਾ ਜਿਹਨੂੰ ਹੰਕਾਰ ਨਾ ਹੋਵੇ ਅਤੇ ਜਿਹਨੂੰ ਹੰਕਾਰ ਹੈ ਬੋਲਦਾ ਹੰਕਾਰ ਹੈ ਹੁਣ ਗੁਰੂ ਘਰ ਤੋਂ ਤੂੰ ਬੋਲਣ ਡਿਆ ਗੁਰੂ ਤਾਂ ਘਰ ਤਾਂ ਠੀਕ ਹੈ ਉਹ ਚੜ੍ਹ ਕੇ ਆ ਗਏ ਸਨ ਮੰਨ ਗਿਆ ਪਰ ਗੁਰੂ ਸਾਹਿਬ ਦੀ ਹਜ਼ੂਰੀ 'ਚੋਂ ਤੂੰ ਬੋਲ ਰਿਹਾ ਤੈਨੂੰ ਉਹ ਵਰਡ ਨਹੀਂ ਸਨ ਬੋਲਣੇ ਚਾਹੀਦੇ ਜਿਹੜੇ ਤੂੰ ਬੋਲੇ ਨੇ ਉਹ ਗਲਤ ਹੈ ਸਾਰਾ ਕੁਛ ਉੱਥੇ ਤਾਂ ਮੈਂ ਕਹਾਂਗਾ ਵੀ ਉਹ ਗਲਤ ਹੈ ਹਾਂ ਤੂੰ ਲੜਕਾਰਦਾ ਫਿਰ ਉੱਥੇ ਖੜ੍ਹਦਾ ਅਤੇ ਮਰਦਾ ਅਤੇ ਸ਼ਹੀਦ ਹੁੰਦਾ ਤੇਰਾ ਨਿਸ਼ਾਨ ਸਾਹਿਬ ਮਹਿਲ ਲਾ ਕੇ ਆਉਂਦਾ ਹੁਣ ਗੱਲ ਇਹ ਵੀ ਪੁਲਿਸ ਵਾਲਿਓ ਵੀਰੋ ਉੱਥੇ ਘੋੜੇ ਭੁੱਖੇ ਮਰਦੇ ਹੋਣਗੇ ਨਾ ਘੋੜੇ ਰੱਖੇ ਨਾ ਘੋੜਿਆਂ ਦਾ ਖਿਆਲ ਕਰੋ ਅਤੇ ਬਦਦੁਆ ਨਾ ਲਿਆ ਜੇ ਤੁਹਾਨੂੰ ਕਰਤਾਰੀ ਮਾਰ ਵੀ ਅਤੇ ਸੰਸਾਰੀ ਵੀ ਪੈ ਸਕਦੀ ਹੈ ਇਸ ਕਰਕੇ ਘੋੜੇ ਵੱਜੇ ਨੇ ਉੱਥੇ ਘੋੜਿਆਂ ਦਾ ਧਿਆਨ ਰੱਖਿਓ ਅਤੇ ਹੋਰ ਤਾਂ ਜੋ ਹੈਗਾ ਸੋ ਹੋ ਗਿਆ ਠੀਕ ਹੈ ਜਿੰਨੇ ਕਿ ਜੋ ਕਰਮਾ ਸੰਦੜਾ ਖੇਤ ਜਿਹਾ ਬੀਜੇ ਸੋ ਲੁਣਾ ਕਰਮਾ ਸੰਦੜਾ ਜਿਹੋ ਜਿਹਾ ਪੁਲਿਸ ਨੇ ਬੀਜਿਆ ਉਹ ਨਾਲ ਦੀ ਨਾਲ ਵੱਢ ਲਿਆ ਜਿਹੋ ਜਿਹਾ ਇਹਨਾਂ ਨੇ ਬੀਜਿਆ ਉਹ ਇਹ ਵੱਢ ਲੈਣਗੇ ਅਤੇ ਜੇ ਸੱਚੇ ਹੋਏ ਤਾਂ ਆ ਜਾਣਗੇ ਅਤੇ ਨਹੀਂ ਤਾਂ ਫਿਰ ਸਮਾਂ ਲਾ ਕੇ ਅਤੇ ਅਕਲ ਲੈ ਕੇ ਆ ਜਾਣਗੇ ਜੇਲ੍ਹਾਂ 'ਚ ਤਾਂ ਅਕਲ ਆ ਹੀ ਜਾਂਦੀ ਹੈ ਬਸ ਇੰਨੀ ਕੋਈ ਬੇਨਤੀ ਸੀ ਮੇਰੇ ਵੀਰੋ ਮੈਂ ਪਤਾ ਕੀਤੀ ਹੈ ਫੋਨ ਕਰਕੇ ਭਰੋਸੇਯੋਗ ਸੂਤਰਾਂ ਤੋਂ ਵੀ ਉਹ ਅੰਦਰ ਚਲੇ ਗਏ ਸਨ ਅੰਦਰੋਂ ਲੈ ਕੇ ਵੀ ਕੁਛ ਨਹੀਂ ਆਏ ਉਹ ਲੈਣ ਗਏ ਹਨ ਸਬਜ਼ੀ ਸ਼ਾਇਦ ਉਹ ਅਗਰਾਈ ਕਰਦੇ ਫਿਰਦੇ ਸਨ ਕਿ ਕਰਦੇ ਹਨ ਮੈਨੂੰ ਇਸ ਗੱਲ ਦਾ ਨਹੀਂ ਪਤਾ ਇਹਨਾਂ ਨੇ ਅੰਦਰ ਤਾਂ ਜਾਣ ਦਿੱਤੇ ਨੇ ਅੰਦਰ ਜਾ ਕੇ ਉਹਨਾਂ ਨਾਲ ਰੌਲਾ ਰੱਪਾ ਕੀਤਾ ਜਦੋਂ ਉੱਥੋਂ ਨਿਕਲਣ ਲੱਗੇ ਨੇ ਵੀ ਚੱਲੀਏ ਆਉਣਾ ਅਤੇ ਇਹਨਾਂ ਨੇ ਗੇਟ ਬੰਦ ਕਰ ਲਿਆ ਅਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਵੀਡੀਓ ਤੋਂ ਆ ਗਈ ਪਰ ਅੰਦਰ ਵਾਲੀ ਆਈ ਨਹੀਂ ਵੀ ਅੰਦਰੋਂ ਅਤੇ ਉਹ ਜਾਂਦੀ ਤਾਂ ਪੈਸਣ ਤਾਂ ਤੁਰ ਜਾਂਦੇ ਅਤੇ ਜਾ ਕੇ ਉੱਥੇ ਫਿਰ ਦੁਬਾਰਾ ਘੇਰਾ ਪਾ ਕੇ ਇੰਨਾ ਤਾਂ ਤਾਮ ਚਾਮ ਕਰਨਾ ਹੀ ਨਹੀਂ ਸੀ ਪੈਣਾ ਜਿੰਨਾ ਬਾਅਦ 'ਚ ਕਰਨਾ ਪਿਆ ਅਤੇ ਥੋੜ੍ਹੀ ਜਿਹੀ ਸਿਆਣਪ ਤੋਂ ਥੋੜ੍ਹਾ ਜਿਹਾ ਧੀਰਜ ਤੋਂ ਗੱਲ ਨਾਲੇ ਪੁਲਿਸ ਦੇ ਸਿਸਟਮ 'ਚ ਉਹ ਤਾਂ ਖੁੱਲ੍ਹੇ ਸ਼ੇਰ ਨੇ ਪੁਲਿਸ ਦਾ ਸਿਸਟਮ 'ਚ ਇਹਦਾ ਵੱਜੀ ਹੋਈ ਹੈ ਇੱਕ ਮੁੰਡਾ ਇੱਕ ਮੇਰਾ ਵੀਰ ਕਹਿੰਦਾ ਪੁਲਿਸ ਵਾਲਾ ਕਹਿੰਦਾ ਜੀ ਸਾਡੇ ਹੱਥ ਵੱਜਣੇ ਅਸੀਂ ਗੋਲੀ ਚਲਾ ਦੇਣੀ ਸੀ ਉਹ ਮੈਂ ਵੀਰ ਮੇਰਾ ਤੂੰ ਕਦੋਂ ਗੋਲੀ ਨਹੀਂ ਚਲਾਈ ਬਰਗਾੜੀ ਵੇਲੇ ਨਹੀਂ ਚਲਾਈ ਅਤੇ ਕਦੋਂ ਨਹੀਂ ਚਲਾਈ ਮੈਨੂੰ ਤਾਂ ਯਾਦ ਹੀ ਕੋਈ ਨਹੀਂ ਕਿੰਨੀ ਕੁ ਵਾਰੀ ਤੁਸੀਂ ਗੋਲੀ ਚਲਾਈ ਅਤੇ ਕਿੰਨੀ ਕੁ ਵਾਰੀ ਸਿੰਘ ਮਾਰੇ ਤਾਂ ਸਾਡੀ ਤਾਂ ਸੁਣਵਾਈ ਹੋ ਕੋਈ ਨਹੀਂ ਸਾਡੇ ਤਾਂ ਇੱਕੋ ਹੀ ਸਤਿਗੁਰ ਸੱਚਾ ਪਾਤਸ਼ਾਹ ਜੀ ਉਹ ਜਦੋਂ ਉਹਦੇ ਘਰ ਦੇ ਰਹੇ ਨੇਰ ਕੋਨੀ ਜਦੋਂ ਉਹਨੇ ਸਿਰ 'ਤੇ ਹੱਥ 'ਤੇ ਉਹਨੇ ਰੱਖਿਆ ਹੀ ਹੋਇਆ ਖਾਲਸੇ ਦਾ ਰਾਜ ਤਾਂ ਸਦਾ ਹੀ ਹੈ ਨਗਾਰੇ ਵੱਜਦੇ ਨੇ ਨਿਸ਼ਾਨ ਝੂਲਦੇ ਨੇ ਤਾਂ ਝੂਲਦੇ ਰਹਿਣਗੇ ਆਜ਼ਾਦ ਹਾਂ ਅਤੇ ਆਜ਼ਾਦ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਫ ਯੂ ਲਾਈਕ ਆਰ ਚੈਨਲ ਪਲੀਜ਼ ਸਬਸਕ੍ਰਾਈਬ ਐਂਡ ਟੂ ਗੈਟ ਨੋਟੀਫਿਕੇਸ਼ਨਸ ਅਬਾਊਟ ਨਿਊਜ਼ ਪਲੀਜ਼ ਕਲਿੱਕ ਦ ਬੈਲ ਆਈਕਨ